ਦੋਸਤੋ, ਟੈਕਨੀਕਲ ਜੋਬ ਪੁਆਇੰਟ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪੰਜਾਬ ਦੇ ਵਿੱਚ ਪੈਰਾਮੈਡੀਕਲ ਦੀਆਂ ਵੱਖ ਵੱਖ ਪੋਸਟਾਂ ਦੇ ਲਈ ਨਵਾਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ। ਫਾਰਮ ਤੁਸੀਂ ਆਫਲਾਈਨ ਅਪਲਾਈ ਕਰਨਾ ਹੈ, ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ। ਤਨਖਾਹ ਤੁਹਾਨੂੰ 28,100 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਫਾਰਮ ਭਰਨ ਦੇ ਲਈ ਕੋਈ ਫੀਸ ਨਹੀਂ ਹੈ ਅਤੇ ਨਾ ਹੀ ਤੁਹਾਡਾ ਕੋਈ ਪੇਪਰ ਹੋਵੇਗਾ। ਸਿੱਧਾ ਇੰਟਰਵਿਊ ਦੇ ਬੇਸ 'ਤੇ ਤੁਹਾਡੀ ਸਿਲੈਕਸ਼ਨ ਕੀਤੀ ਜਾਵੇਗੀ। ਹੁਣੇ ਹੁਣੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ, ਜਾਣਕਾਰੀ ਡਿਟੇਲ ਦੇ ਵਿੱਚ ਦਿੱਤੀ ਜਾਵੇਗੀ। ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ। ਪੰਜਾਬ ਦੇ ਵਿੱਚ ਆਉਣ ਵਾਲੀਆਂ ਸਰਕਾਰੀ ਨੌਕਰੀਆਂ, ਪ੍ਰਾਈਵੇਟ ਨੌਕਰੀਆਂ ਅਤੇ ਪਲ-ਪਲ ਦੀ ਅਪਡੇਟ ਦੇ ਲਈ ਤੁਸੀਂ ਸਾਡੇ ਟੈਲੀਗ੍ਰਾਮ ਅਤੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਇਹਨਾਂ ਗਰੁੱਪਾਂ ਦਾ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ। ਦੋਸਤੋ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਚਲੋ ਦੋਸਤੋ, ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ। ਹਾਂਜੀ ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਗੌਰਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ECHS ਸੈੱਲ ਸਟੇਸ਼ਨ ਹੈੱਡਕੁਆਟਰ ਫਰੀਦਕੋਟ ਮਿਲਟਰੀ ਸਟੇਸ਼ਨ ਤੋਂ ਆਊਟ ਕੀਤਾ ਗਿਆ। ਪੈਰਾਮੈਡੀਕਲ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਕੰਟਰੈਕਟ ਬੇਸਿਸ 'ਤੇ ਇਹ ਪੋਸਟਾਂ ਭਰੀਆਂ ਜਾਣਗੀਆਂ। ECHS ਪੋਲੀ ਕਲੀਨਿਕ ਫਰੀਦਕੋਟ ਦੇ ਵਿੱਚ ਇਹ ਭਰਤੀ ਕੀਤੀ ਜਾਵੇਗੀ। ਇਹਨਾਂ ਪੋਸਟਾਂ ਦਾ ਟਾਈਮ ਪੀਰੀਅਡ 1 ਸਾਲ ਦਾ ਹੋਵੇਗਾ, ਉਸ ਤੋਂ ਬਾਅਦ ਅੱਗੇ ਵਧਾਇਆ ਜਾ ਸਕਦਾ ਹੈ। ਇਹਨਾਂ ਪੋਸਟਾਂ ਨੂੰ ESM ਐਂਡ ਸਿਵਲੀਅਨ ਕੈਂਡੀਡੇਟਸ ਵੀ ਅਪਲਾਈ ਕਰ ਸਕਦੇ ਹਨ। ਦੋਸਤੋ, ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ। ਪੋਸਟ ਨੰਬਰ 1 ਹੈ ਜੀ ਮੈਡੀਕਲ ਸਪੈਸ਼ਲਿਸਟ। ਜੇਕਰ ਤੁਸੀਂ MD MS ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਇੱਕ ਪੋਸਟ ਆਊਟ ਕੀਤੀ ਗਈ ਹੈ, ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ। ਤਨਖਾਹ ਤੁਹਾਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਪੋਸਟ ਨੰਬਰ 2 ਹੋਵੇਗੀ ਫਾਰਮਾਸਿਸਟ ਦੀ। ਜੇਕਰ ਤੁਸੀਂ ਡਿਪਲੋਮਾ ਕੀਤਾ ਹੈ ਫਾਰਮੈਸੀ ਦਾ ਜਾਂ ਫਿਰ ਬੈਚਲਰ ਇਨ ਫਾਰਮੈਸੀ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। 5 ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੋਵੇਗਾ। ਇੱਕ ਪੋਸਟ ਆਊਟ ਕੀਤੀ ਗਈ ਹੈ, ਤਨਖਾਹ ਤੁਹਾਨੂੰ 28,100 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਦੋਸਤੋ, ਅਪਲਾਈ ਕਰਨ ਦੇ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਪਰਫੋਰਮੇ ਦੀ ਜ਼ਰੂਰਤ ਹੋਵੇਗੀ। ਪਰਫੋਰਮਾ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਪਰੋਂ ਡਾਊਨਲੋਡ ਕਰ ਸਕਦੇ ਹੋ ਅਤੇ ਸਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਵੀ ਦੇ ਦਿੱਤਾ ਜਾਵੇਗਾ ਜਾਂ ਡਾਇਰੈਕਟ ਤੁਸੀਂ ਹੈੱਡਕੁਆਟਰ ECHS ਸੈੱਲ ਫਰੀਦਕੋਟ ਤੋਂ ਵੀ ਤੁਸੀਂ ਪਰਫੋਰਮਾ ਲੈ ਸਕਦੇ ਹੋ ਅਤੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਇਹਨਾਂ ਦੇ ਹੈਲਪਲਾਈਨ ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹੋ। ਤੁਸੀਂ ਆਪਣਾ ਬਾਇਓਡਾਟਾ ਕੰਪਲੀਟ ਕਰ ਲੈਣਾ ਹੈ ਅਤੇ ਇਹਨਾਂ ਦੇ ਦਿੱਤੇ ਹੋਏ ਇਸ ਐਡਰੈਸ ਦੇ ਉੱਪਰ ECHS ਸੈੱਲ ਸਟੇਸ਼ਨ ਹੈੱਡਕੁਆਟਰ ਫਰੀਦਕੋਟ ਵਿਖੇ 12 ਜੂਨ 2024 ਤੱਕ ਫਾਰਮ ਭੇਜ ਸਕਦੇ ਹੋ ਜਾਂ ਫਿਰ ਉੱਥੇ ਖੁਦ ਜਮ੍ਹਾਂ ਕਰ ਸਕਦੇ ਹੋ। ਜਿਹੜੇ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੰਪਿਊਟਰ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ, ਜਿਵੇਂ ਕਿ MS ਵਰਡ, ਪਾਵਰਪੁਆਇੰਟ ਅਤੇ ਐਕਸਲ। ਇੰਟਰਵਿਊ ਡੇਟ, ਟਾਈਮਿੰਗ ਅਤੇ ਐਡਰੈਸ ਤੁਹਾਨੂੰ ਜੂਨ ਦੇ ਲਾਸਟ ਵੀਕ ਦੇ ਵਿੱਚ ਦੱਸ ਦਿੱਤਾ ਜਾਵੇਗਾ। ਜਿਹੜੇ ਕੈਂਡੀਡੇਟਸ ਨੂੰ ਕਾਲ ਵਗੈਰਾ ਆਊਗੀ ਉਹ ਇੰਟਰਵਿਊ ਦੇਣ ਜਾ ਸਕਦੇ ਨੇ। ਆਉਣ ਜਾਣ ਲਈ ਤੁਹਾਨੂੰ ਕੋਈ ਵੀ TADA ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਇਹ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਦੇ ਦਿੱਤਾ ਗਿਆ ਹੈ, ਉੱਥੇ ਜਾ ਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਰੀਡ ਕਰਕੇ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ।